ਕਰਾ ਗਿਆ ਸਰ ਜਿਹੜਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ? ਜਾਨੀ ਨੁਕਸਾਨ ਨਹੀਂ ਹੋਇਆ, ਮਾਲੀ ਨੁਕਸਾਨ ਕਿੰਨਾ ਕੁ ਹੋ ਗਿਆ ਜੀ? 12 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ। ਸਰਕਾਰ ਤੋਂ ਤੁਸੀਂ ਕੋਈ ਮੰਗ ਕਰਦੇ ਵੀ ਸਰਕਾਰ ਕੋਲ ਅਸੀਂ ਮੰਗ ਕਰ ਰਹੇ ਹਾਂ ਵੀ ਸਾਡੀ ਮਦਦ ਕੀਤੀ ਜਾਵੇ। ਜਿਹੜਾ ਹੈਗਾ ਹਾਲ ਸਾਰੀ ਚੱਲ ਰਹੀ ਸੀ ਔਰ ਕੱਲ੍ਹ ਪਰਸੋਂ ਜਿਹੜਾ ਇਹਦਾ ਲੈਂਟਰ ਪਿਆ ਸੀਗਾ ਅਤੇ ਉਹ ਲੈਂਟਰ ਡਿੱਗ ਪਿਆ ਹੈਗਾ। ਮੈਂ ਅੱਜ ਮਖਦੋਟ ਇੱਥੇ ਲੱਖਾ ਸਿੰਘਾਂ ਦੇ ਹਠਾੜ ਪਿੰਡ ਦੇ ਵਿੱਚ ਸਰਕਾਰ ਤੁਹਾਡੇ ਦੁਆਰ ਦੇ ਕੈਂਪ ਦੇ ਵਿੱਚ ਇੱਥੇ ਆਇਆ ਸੀ। ਮੈਨੂੰ ਇੱਥੇ ਦੇ ਜਿਹੜੇ ਗਊਸ਼ਾਲਾ ਦੇ ਜਿਹੜੇ ਅਹੁਦੇਦਾਰ ਸਾਹਿਬਾਨ ਨੇ ਉਹਨਾਂ ਵੱਲੋਂ ਮੈਨੂੰ ਫੋਨ ਆਇਆ ਸੀ ਅਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਮੌਕਾ ਆ ਕੇ ਵੇਖਦਾ। ਵੇਖਿਆ ਬੜੀ ਪਹਿਲਾਂ ਤਾਂ ਸ਼ੁਕਰ ਪਰਮਾਤਮਾ ਦਾ ਵੀ ਕਿਸੇ ਦੀ ਜਾਨ ਮਾਲ ਦੀ ਕੋਈ ਨੁਕਸਾਨ ਨਹੀਂ ਹੋਇਆ। ਚਲੋ ਠੀਕ ਹੈ, ਲੈਂਟਰ ਦਾ ਨੁਕਸਾਨ ਹੋਇਆ, ਕੋਈ 10-12 ਲੱਖ ਰੁਪਏ ਦਾ ਇਹਨਾਂ ਦਾ ਨੁਕਸਾਨ ਹੋਇਆ। ਅਤੇ ਜਿਹੜਾ ਹੈਗਾ ਕਿ ਨੁਕਸਾਨ ਤਾਂ ਵੀ ਭਰਪਾਈ ਹੋ ਸਕਦੀ ਹੈ, ਲੇਕਿਨ ਜੇ ਕਿਤੇ ਇੱਥੇ ਕੋਈ 2-4 ਜਾਨਾਂ ਚਲੀਆਂ ਜਾਂਦੀਆਂ ਤਾਂ ਉਹਨਾਂ ਦੀ ਭਰਪਾਈ ਨਹੀਂ ਹੁੰਦੀ ਸੀ। ਅਤੇ ਬਾਕੀ ਜੋ ਹੋਇਆ ਦੇਖਦੇ ਹਾਂ ਵੀ ਕੀ ਕਾਰਨ ਰਹੇ ਨੇ। ਅਤੇ ਕੁਛ ਅੱਜ ਕੱਲ੍ਹ ਬਰਸਾਤਾਂ ਵਗੈਰਾ ਚੱਲ ਰਹੀਆਂ ਨੇ, ਤੁਹਾਨੂੰ ਪਤਾ ਹੀ ਹੈ। ਅਤੇ ਜੋ ਵੀ ਮੈਕਸੀਮਮ ਮੈਂ ਗਊਸ਼ਾਲਾ ਵਾਸਤੇ ਕਰ ਸਕਦਾ ਹੋਇਆ ਮੈਂ ਕਰ। ਕਾਫੀ ਵੱਡਾ ਨੁਕਸਾਨ ਹੋ ਗਿਆ ਜਿਹੜਾ ਮਾਲੀ ਨੁਕਸਾਨ ਹੋਇਆ, ਕਿਉਂਕਿ 1-1 ਰੁਪਈਆ ਇਕੱਠਾ ਕਰਕੇ ਇਹ ਸਾਰਾ ਹਾਲ ਬਣਾਇਆ ਸੀ। ਤੁਹਾਡੇ ਵੱਲੋਂ ਸਰਕਾਰ ਜਾਂ ਤੁਸੀਂ ਸਰਕਾਰ ਵੱਲੋਂ ਇਹਨਾਂ ਨੂੰ ਕੀ ਭਰੋਸਾ ਦਿੰਦੇ ਜੀ? ਮੈਂ ਤੁਹਾਨੂੰ ਇਹ ਕਹਿ ਰਿਹਾ ਜੀ, ਜੋ ਵੀ ਮੈਂ ਕਰ ਸਕਦਾ ਹੋਇਆ ਮੈਂ ਜ਼ਰੂਰ ਕਰਾਂ।